ਸੁਣ ਸਾਥੀ ਕੱਲ ਕੱਲ ਇੱਕ ਮੈਰਾਥਨ ਹੋਈ ਸੀ ਵੀ 7 ਘੰਟਿਆਂ ਦੀ ਜਿੱਥੇ ਆਪਾਂ ਸੀਡੀਪੀ ਦੇ 500 ਪ੍ਰਸ਼ਨ ਕੀਤੇ ਸੀ ਤੇ ਉਸ ਮੈਰਾਥਨ 'ਚ ਇੱਕ ਆਪਣਾ ਪ੍ਰਸ਼ਨ ਸੀ ਜਿਹੜਾ ਆਪਾਂ 50 50% ਅਨਸਰ 'ਚ ਰੱਖਿਆ ਜੀ ਡਾਟ 'ਚ ਆ ਜਿਵੇਂ ਤੁਸੀਂ ਦੇਖ ਲਓ ਪ੍ਰਸ਼ਨ ਸੀਗਾ ਕਿ ਅ ਕਲਾਸਰੂਮ ਵਿੱਚ ਸਖਿਆਰਥੀਆਂ ਦੁਆਰਾ ਮਾਂ ਬੋਲੀ ਦੀ ਵਰਤੋਂ ਬਾਰੇ ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ ਸਹੀ ਪੁੱਛਿਆ ਸੀ ਉਸ ਵਾਸਤੇ ਵੀ ਅਨਸਰ ਜਿਹੜਾ ਆਪਣਾ ਇੱਥੇ 30 ਲੱਗਿਆ ਹੋਇਆ ਸੀ 3 ਨੰਬਰ ਤੇ ਪਰ ਇਹ ਅਨਸਰ ਨਹੀਂ ਆਉਣਾ ਸੀ ਕਿਉਂਕਿ ਆਪਾਂ ਡਾਟ 'ਚ ਰੱਖਿਆ ਸੀ ਅਨਸਰ ਤੁਹਾਡਾ ਆਊਗਾ ਵੀ ਜਿਹੜਾ ਬੀ ਲਿਖਿਆ ਹੋਇਆ ਆਪਸ਼ਨ ਜੀਚ ਲਿਖਿਆ ਸਕੂਲ ਨੂੰ ਸਾਰੇ ਵਿਦਿਆਰਥੀਆਂ ਦੀਆਂ ਪਛਾਵਾ ਦਾ ਸਤਿਕਾਰ ਕਰਨਾ ਦਾ ਸੱਭਿਆਚਾਰ ਬਣਾਉਣਾ ਚਾਹੀਦਾ ਵੀ ਠੀਕ ਹੈ ਸੋ ਆਨਸਰ ਕੀ ਆਉਣਾ ਵੀ ਆਨਸਰ ਇਹਦਾ ਬੀ ਆਉਣਾ ਕਿ ਸਕੂਲ ਨੂੰ ਸਾਰੇ ਵਿਦਿਆਰਥੀਆਂ ਦੀਆਂ ਪਛਾਵਾ ਦਾ ਸਤਿਕਾਰ ਕਰਨ ਦਾ ਸੱਭਿਆਚਾਰ ਬਣਾਉਣਾ ਚਾਹੀਦਾ ਹੈ ਰਾਈਟ ਆਨਸਰ ਇਹਦਾ ਬੀ ਆਨਸਰ ਜਿਨ੍ਹਾਂ ਦਾ ਆ ਗਿਆ ਵੀ ਉਹ ਬਿਲਕੁਲ ਸਹੀ ਰਹੂਗਾ ਤੇ ਬੀ ਆਨਸਰ ਹੀ ਆਪਣੇ ਵੱਲ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਆਪਾਂ ਡਾਟ ਚ ਰੱਖਿਆ ਸੀ ਤਾਂ ਬੀ ਆਨਸਰ ਇਹਦਾ ਹੋਵੇਗਾ ਜੀ ਧੰਨਵਾਦ ਹਾਂ ਫਿਲਹਾਲ ਜਿਨ੍ਹਾਂ ਨੇ ਆਪਣੀ ਉਹ ਮੈਰਾਥਨ ਕਲਾਸ ਨਹੀਂ ਦੇਖੀ ਤਾਂ ਜਰੂਰ ਦੇਖ ਸਕਦੇ ਆ 7 ਘੰਟੇ ਜਿੱਥੇ ਤੁਹਾਨੂੰ 500 ਪ੍ਰਸ਼ਨ ਕਰਵਾਏ ਸੀ